ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਅਤੇ ਪਹਿਲਾਂ ਹੀ ਬੇਨਤੀ ਕਰ ਦਿੱਤਾ ਚਾਹੁੰਦਾ ਵਾਂ ਕਿ ਇਹ ਸ਼ਾਇਦ ਕੁਝ ਜੇ ਗਰਮ ਗੱਲਾਂ ਵੀ ਹੋ ਜਾਣ ਜਾਂ ਸ਼ਬਦਾਵਲੀ ਗਲਤ ਵੀ ਹੋ ਜੇ ਤਾਂ ਉਹਦੇ ਲਈ ਪਹਿਲਾਂ ਮਾਫ਼ੀ ਚਾਹੁੰਦਾ ਹਾਂ, ਕਿਉਂਕਿ ਕੁਝ ਚੀਜ਼ਾਂ ਇੱਦਾਂ ਦੀਆਂ ਹੋ ਜਾਂਦੀਆਂ ਜਾਂ ਕਰ ਦਿੰਦੇ ਨੇ ਲੋਕ ਵੀ ਜੇ ਉਹਨਾਂ ਨੂੰ ਪਤਾ ਨਹੀਂ ਤਾਂ ਉਹ ਸਮਝਣਾ ਨਹੀਂ ਚਾਹੁੰਦੇ ਪਰ ਉਹ ਆਪਣਾ ਇੱਕਦਮ ਨਾ ਜਵਾਬ ਦੇ ਦਿੰਦੇ। ਅਤੇ ਉਸ ਚੀਜ਼ ਦੇ ਉੱਤੇ ਆਪਾਂ ਗੱਲ ਕਰਦੇ ਹਾਂ। ਅੱਜ ਆਪਾਂ ਕਰਦੇ ਹਾਂ ਜਿਹੜਾ ਚੱਲਦਾ ਬਹੁਤ ਹੀ ਵੱਡਾ ਵਿਵਾਦ, ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪਾਈ ਸੀਗੀ ਕਿ ਮਾਸਕ ਖਾ ਸਕਦੇ ਹਾਂ ਕਿ ਨਹੀਂ, ਉਸ ਚੀਜ਼ ਦੇ ਬਾਰੇ, ਕਿਉਂਕਿ ਉਹ ਇੱਕ 30 ਸੈਕਿੰਡ ਦੀ ਵੀਡੀਓ ਆ, ਉਹਦੇ ਵਿੱਚ ਆਪਾਂ ਜ਼ਿਆਦਾ ਬੋਲ ਕੇ ਨਹੀਂ ਦੱਸ ਸਕਦੇ। ਉਹਦਾ ਸਾਰਾ ਅੱਜ ਜਵਾਬ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗੇ, ਜਿੰਨਾ ਕੁ ਆਪਾਂ ਨੂੰ ਪਤਾ ਆ ਉਸ ਹਿਸਾਬ ਦੇ ਨਾਲ। ਠੀਕ ਹੈ ਜੀ, ਚਲੋ ਅਤੇ ਕਰਦੇ ਹਾਂ ਆਪਾਂ ਆਪਣਾ ਅੱਜ ਦਾ ਪੋਡਕਾਸਟ ਸ਼ੁਰੂ। ਗੱਲ ਪਹਿਲੀ ਇਹ ਆ ਵੀ ਕੀ ਸਿੱਖ ਮਾਸ ਖਾ ਸਕਦੇ ਆ ਕਿ ਨਹੀਂ। ਇਹ ਵੀਡੀਓ ਜਿਹੜੀ ਪਈ ਸੀ ਅਤੇ ਉਹਦੇ ਉੱਤੇ ਮੈਂ ਦੇਖਿਆ ਵੀ ਬੜੇ ਵੀਰਾਂ ਨੇ ਕਮੈਂਟ ਕੀਤਾ। ਠੀਕ ਹੈ ਜੀ, ਬੜਿਆਂ ਨੇ ਕਮੈਂਟ ਕੀਤਾ ਅਤੇ ਮੈਂ ਕੀ ਕਿਹਾ, ਮੈਂ ਕਿਹਾ ਚਲੋ ਦੇਖਦੇ ਹਾਂ ਵੀ ਹਾਂ ਜਿਹੜੇ ਕਮੈਂਟ ਕਰ ਰਹੇ ਨੇ ਗੁਰੂ ਦੀ ਗੱਲ ਕਰਦੇ ਨੇ ਵੀ ਗੁਰੂ ਕਿਸੇ ਦੀ ਹੱਤਿਆ ਨਹੀਂ ਕਰਦਾ, ਇਹ ਤਾਂ ਬੇਜ਼ੁਬਾਨੇ ਆ, ਸਭ ਤੋਂ ਜ਼ਿਆਦਾ ਲਫ਼ਜ਼ ਜਿਹੜਾ ਵਰਤਿਆ ਗਿਆ ਇਹ ਤਾਂ ਬੇਜ਼ੁਬਾਨੇ ਆ। ਅੱਛਾ ਜੀ, ਉਸ ਤੋਂ ਬਾਅਦ ਮੈਂ ਨਾ ਪ੍ਰੋਫਾਈਲਾਂ ਚੈੱਕ ਕੀਤੀਆਂ ਅਤੇ ਕਈਆਂ ਦੇ ਮੈਂ ਤੁਹਾਨੂੰ ਇੱਥੇ ਫੋਟੋਆਂ ਵੀ ਪਾ ਦੂੰਗਾ ਅਤੇ ਇਹਦੀ ਰੀਲ ਵੀ 30 ਸੈਕਿੰਡ ਦੀ ਬਣਾਈ ਆ ਜੋ ਕਿ 10 ਇੰਸਟਾਗ੍ਰਾਮ 'ਤੇ ਇੱਕ ਅੱਧੇ ਦਿਨ ਤੱਕ ਆ ਜੂਗੀ। ਉਹ ਮੈਂ ਫੋਟੋਆਂ ਚੈੱਕ ਕੀਤੀਆਂ ਅਤੇ ਦੇਖਿਆ ਮੈਂ ਵੀ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਨੇ ਅਸੀਂ ਟਕਸਾਲੀ ਹਾਂ, ਉਹ ਫੋਟੋਆਂ 'ਤੇ ਕਿਸੇ ਹੋਰ ਦੀਆਂ ਅਪਲੋਡ ਕਰਦੇ ਫਿਰਦੇ ਨੇ ਸਾਰੀਆਂ। ਤੁਸੀਂ ਜਾ ਕੇ ਦੱਸ ਦੇ ਇੰਸਟਾਗ੍ਰਾਮ 'ਤੇ ਦੇਖ ਲਿਓ, ਕਿਉਂਕਿ ਮੈਂ ਯੂਟਿਊਬ ਜਿਹੜੀ ਵੀਡੀਓ ਰੋ ਹੀ ਪਾਉਂਦਾ ਹੁੰਦਾ, ਇਹ 'ਤੇ ਮੈਂ ਕੁਝ ਮਤਲਬ ਇੱਦਾਂ ਐਡਿਟ ਉਡਿਟ ਨਹੀਂ ਕਰਦਾ ਅਤੇ ਨਾ ਹੀ ਮੈਂ ਕੋਈ ਇੰਨਾ ਸਮਾਂ ਹੁੰਦਾ। ਗੱਲ ਹੁਣ ਇੱਦਾਂ ਆ, ਉਹ ਜਿੰਨੇ ਵੀ ਨਾ ਅੱਧਿਆਂ ਦੇ ਮੂੰਹ 'ਤੇ ਦਾੜੀ ਨਹੀਂ ਹੈਗੀ, ਅੱਧਿਆਂ ਦੇ ਸਿਰ 'ਤੇ ਵਾਲ ਨਹੀਂ ਹੈਗੇ, ਅਤੇ ਅੱਧਿਆਂ ਨੇ ਦਾੜੀ ਇੱਦਾਂ ਚੋਪੜੀ ਆ। ਹੁਣ ਇੱਥੇ ਮੈਂ ਕੋਈ ਲਫ਼ਜ਼ ਨਹੀਂ ਵਰਤਣਾ ਚਾਹੁੰਦਾ, ਹੈ ਨਾ। ਗੁਰੂ ਸਾਹਿਬ ਕਹਿੰਦੇ ਨੇ ਵੀ ਮਾਸ ਨਹੀਂ ਖਾਣਾ ਚਾਹੁੰਦਾ, ਕਿੱਥੇ ਕਹਿੰਦੇ ਨੇ ਇਹ ਦਿਖਾਓ। ਅਤੇ ਠੀਕ ਹੈ ਜੀ, ਪਹਿਲੀ ਗੱਲ ਇਹ ਦੱਸੋ ਮੈਨੂੰ ਵੀ ਤੁਹਾਨੂੰ ਗੁਰੂ ਸਾਹਿਬ ਨੇ ਕਿੱਥੇ ਲਿਖਿਆ ਵੀ ਤੁਸੀਂ ਸਿੱਖੋ ਕੇਸ 'ਤੇ ਦਾੜਾ ਕਤਲ ਕਰਾ ਦਿਓ। ਇਹ ਗੱਲ ਦਾ ਲਿਖਤੀ ਰੂਪ 'ਚ ਵਿਖਾਓ। ਤੁਹਾਨੂੰ ਗੁਰੂ ਸਾਹਿਬ ਨੇ ਕਿੱਥੇ ਕਿਹਾ ਵੀ ਤੁਸੀਂ ਆਪਣਾ ਜੂੜਾ ਇੱਥੋਂ ਚੁੱਕ ਕੇ ਅਤੇ ਜਿੱਥੇ ਤੁਹਾਡੀਆਂ ਮਾਵਾਂ ਭੈਣਾਂ ਬੀਬੀਆਂ ਜੂੜਾ ਕਰਦੀਆਂ ਤੁਸੀਂ ਪਿੱਛੇ ਕਰ ਲਿਓ। ਠੀਕ ਹੈ ਜੀ, ਇਹ ਗੁਰੂ ਸਾਹਿਬ ਨੇ ਕਿੱਥੇ ਲਿਖਿਆ ਇਹ ਵੀ ਵਿਖਾਓ। ਦੂਜਾ, ਦੋ ਗੱਲਾਂ ਹੋ ਗਈਆਂ। ਤੀਜੀ ਗੱਲ ਇਹ ਦੱਸੋ, ਤੁਹਾਨੂੰ ਗੁਰੂ ਸਾਹਿਬ ਨੇ ਕਿੱਥੇ ਕਿਹਾ ਵੀ ਤੁਸੀਂ ਨਚਾਰ ਬਣ ਜਾਓ, ਨੱਚੋ। ਠੀਕ ਹੈ ਜੀ, ਇਹ ਗੱਲਾਂ ਦੇ ਹੁਣ ਤੁਸੀਂ ਇੱਥੇ ਕਮੈਂਟ ਕਰਕੇ ਸਾਰੇ ਗਾਣੇ ਜਵਾਬ ਦਿਓ। ਹੁਣ ਮੈਂ ਤੁਹਾਨੂੰ ਦੱਸਦਾ ਮੈਂ ਵੀ ਜੂੜਾ ਇੱਥੋਂ ਇੱਥੇ ਕਿਉਂ ਆਇਆ। ਜੂੜਾ ਇੱਥੋਂ ਇੱਥੇ ਤਾਂ ਆਇਆ ਕਿਉਂਕਿ ਇੱਥੇ ਜੂੜਾ ਲੱਗਦਾ ਨਹੀਂ ਬੁੱਢੀਆਂ ਨੂੰ ਚੰਗਾ, ਅਤੇ ਜਦੋਂ ਬੀਬੀਆਂ ਕਹਿੰਦੀਆਂ ਵੀ ਤੂੰ ਉਹਨੂੰ ਸੋਹਣਾ ਨਹੀਂ ਲੱਗਣ ਡਿਆ, ਜਾਂ ਇਹਨਾਂ ਨੇ ਕਲੱਬਾਂ 'ਚ ਜਾ ਕੇ ਜਨਾਨੀਆਂ ਨਾਲ ਉੱਥੇ ਨੱਚਣਾ ਹੁੰਦਾ, ਅਤੇ ਇਹ ਕੀ ਕਰਦੇ ਆ ਵੀ ਜੂੜਾ ਇੱਥੋਂ ਕਰਕੇ ਨਾ ਇੱਥੇ ਕਰ ਲੈਂਦੇ ਆ ਵੀ ਅਸੀਂ ਸਾਡੀ ਕੋਈ ਵੀਡੀਓ ਨਾ ਬਣਾ ਦੇ ਅਤੇ ਉੱਥੇ ਅਸੀਂ ਜਨਾਨੀਆਂ ਨਾਲ ਨੰਗਾ ਨਾਚ ਜਿਹਾ ਕਰਨਾ ਹੋਊਗਾ ਅਤੇ ਅਸੀਂ ਫੜੇ ਫੜੇ ਨਾ ਜਾਈਏ। ਪਹਿਲੀ ਗੱਲ ਤਾਂ ਜੂੜਾ ਇੱਥੇ ਆ ਗਿਆ। ਫਿਰ ਜਿਨ੍ਹਾਂ ਨੇ ਵਾਲ ਕਟਾਏ ਨੇ ਜਾਂ ਦਾੜੀਆਂ ਕਟਾਈਆਂ, ਉਹਨਾਂ ਨੇ ਤਾਂ ਕਟਾਈਆਂ ਵਾ ਕਿਉਂਕਿ ਆਸ਼ਕੀ ਨਹੀਂ ਵੱਜਦੀ, ਕੁੜੀਆਂ ਨਾਲ ਠਰਕ ਨਹੀਂ ਭੋਰਿਆ ਜਾਂਦਾ, ਜਾਂ ਕੋਈ ਬੁੜੀ ਕਹਿ ਦੇ ਬੀਬੀ ਵੀ ਮੈਨੂੰ ਤੂੰ ਸੋਹਣਾ ਨਹੀਂ ਲੱਗਣ ਡਿਆ, ਉਹ ਕਟਾ ਦਿੰਦੇ ਆ, ਜਾਂ ਕੋਈ ਕਹਿ ਦੇ ਤੂੰ ਉਹਦੇ ਬਜ਼ੁਰਗ ਜਿਹਾ ਲੱਗਦਾ, ਵੱਡੀ ਉਮਰ ਦਾ ਬਾਬਾ ਜਿਹਾ ਲੱਗਦਾ,
ਉਹ 1-2 ਮਿੰਟ ਲਾਉਂਦੇ ਚੱਲਣ ਆਈ ਕੋ, ਉਹ ਗਏ ਨੇ ਠੀਕ ਹੈ ਜੀ। ਅਤੇ ਇੱਥੇ ਆ ਕੇ ਗੱਲ ਕਰਦੇ ਗੁਰੂ ਦੀ, ਉਹ ਗੁਰੂ ਤਾਂ ਸਾਫ਼ ਕਹਿੰਦਾ ਵਾ ਵੀ ਬਿਨਾਂ ਕੇਸਾਂ ਤੋਂ, ਬਿਨਾਂ ਸ਼ਸਤਰ ਤੋਂ ਅਤੇ ਬਿਨਾਂ ਕਮਰ ਕੱਸੇ ਤੋਂ ਮੈਂ ਤੁਹਾਨੂੰ ਆਪਣੇ ਦਰਸ਼ਨ ਨਹੀਂ ਦੇਣੇ, ਮੇਰੇ ਕੋਲ ਨਾ ਆਇਓ। ਹੈਂ, ਕਿਹੜੇ ਗੁਰੂ ਦੀ ਗੱਲ ਕਰਦੇ ਤੁਸੀਂ? ਕਿਹੜਾ ਤੁਸੀਂ ਆਪਣਾ ਗੁਰੂ ਬਣਾਇਆ ਵਾ ਜਿਹਨੇ ਤੁਹਾਨੂੰ ਇਹ ਗੱਲਾਂ ਕਹਿਤੀਆਂ? ਅਤੇ ਜਵਾਬ ਪਤਾ ਕੀ ਦਿੰਦੇ? ਸਾਡੇ 'ਤੇ ਕਿਰਪਾ ਨਹੀਂ ਹੋਈ। ਉਹ ਮੇਰੇ ਕੋਲ ਇੱਥੇ ਸੁਣੋਗੇ ਕੁਛ, ਗੁਰੂ ਨੇ ਤਾਂ ਤੁਹਾਨੂੰ, ਜਿਹੜੇ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਤਾਂ ਹੁਕਮ ਨਹੀਂ ਕੀਤਾ। ਇਹ ਆਉਂਦੇ ਹੁਣ ਕਿਹੜੀ ਜੰਗ ਆ ਜਿਹੜਾ ਤੁਸੀਂ ਮਾਸ ਖਾਂਦੇ ਜੇ? ਠੀਕ ਆ, ਹੁਣ ਕਿਹੜੀ ਜੰਗ ਆ ਤੁਸੀਂ ਮਾਸ ਖਾਂਦੇ? ਠੀਕ ਆ, ਹੁਣ ਔਰੰਗਜ਼ੇਬ ਜਿੰਦਾ? ਕੀ ਔਰੰਗਜ਼ੇਬ ਤੁਹਾਡੀਆਂ ਹੁਣ ਜੁੱਤੀਆਂ ਫੇਰਦਾ ਤੁਹਾਨੂੰ? ਕਿਹੜਾ ਔਰੰਗਜ਼ੇਬ ਜਿੰਦਾ ਵਾ ਜਿਹੜਾ ਤੁਹਾਨੂੰ ਵਾਲ ਕਟਾਉਣ ਤੋਂ, ਮਤਲਬ ਕਿ ਜੇ ਤੁਸੀਂ ਵਾਲ ਰੱਖੇ ਤਾਂ ਤੁਹਾਨੂੰ ਕੁੜਦਾ ਮਾਰਦਾ, ਵੀ ਜੇ ਤੁਸੀਂ ਕੇਸ ਰੱਖੇ, ਦਾੜਾ ਰੱਖਿਆ, ਸ਼ਸਤਰ ਪਾਏ, ਬਾਣਾ ਪਾਇਆ, ਦਮਾਲਾ ਬੰਨਿਆ, ਅਤੇ ਤੁਹਾਨੂੰ ਮੈਂ ਜਿੰਦਾ ਮਾਰ ਦੂੰਗਾ? ਦੱਸੋ, ਕੋਈ ਵੀ ਨਹੀਂ ਕਹਿੰਦਾ। ਉਹ ਦੁਸ਼ਟੋ, ਤੁਸੀਂ ਉਹ ਔਰੰਗਜ਼ੇਬ ਸੀਗਾ ਜਿਹੜਾ ਕੇਸ ਦਾੜੀ ਰੱਖਦਾ ਸੀ ਸਿੱਖ ਅਤੇ ਉਹਨੂੰ ਮਾਰਦਾ ਸੀ, ਹੁਣ ਤੁਸੀਂ ਆਪ ਔਰੰਗਜ਼ੇਬ ਜੀ? ਹੈਂ, ਉਦੋਂ ਤਾਂ ਮੰਨ ਲਿਆ ਵੀ ਔਰੰਗਜ਼ੇਬ ਮਾਰਦੇ, ਤਾਂ ਵੀ ਸਿੱਖਾਂ ਨੇ ਆਪਣੀ ਸਿਦਕ ਨਹੀਂ ਛੱਡਿਆ ਅਤੇ ਸਿੱਖੀ ਬਰਕਰਾਰ ਰੱਖੀ। ਹੁਣ ਮੈਨੂੰ ਦੱਸੋ ਵੀ ਹੁਣ ਤਾਂ ਕੋਈ ਵੀ ਨਹੀਂ ਕਹਿੰਦਾ ਵੀ ਤੁਸੀਂ ਕੇਸ ਦਾੜਾ ਨਾ ਰੱਖੋ, ਹੁਣ ਮਤਲਬ ਕਿ ਕਦ ਤੋਂ ਨਹੀਂ ਰੱਖੇ? ਇਹਦਾ ਜਵਾਬ ਦਿਓ ਵੱਡੇ ਵਿਦਵਾਨੋ, ਤੁਸੀਂ ਬਹੁਤ ਇੱਥੇ ਆ ਕੇ ਵਿਦਵਾਨ ਬਣਦੇ। ਜਿਹੜੀਆਂ ਬੁੱਢੀਆਂ ਕਹਿੰਦੀਆਂ ਜੀਵਤ ਤਿਆ ਵਾ, ਮਾਤਾ ਸਾਹਿਬ ਦੇਵਾਂ ਵੇਖੀ ਕਦੀ? ਕਦੀ ਮਾਤਾ ਗੁਜਰ ਕੌਰ ਵੇਖੀ? ਕਦੀ ਮਾਤਾ ਭਾਗੋ ਵੇਖੀ ਆ? ਉਹ ਤੁਹਾਨੂੰ ਕੱਪੜੇ ਪਾਉਣ ਦੀ ਜਾਂਚ ਨਹੀਂ ਹੈਗੀ? ਕਿਹੜੇ ਕਦੀ ਕਿਹੜੇ ਇੱਦਾਂ ਦੇ ਬਸਤਰਾਂ 'ਚ, ਜਾਂ ਕਦੋਂ ਤੁਸੀਂ ਦੇਖਿਆ ਵੀ ਆਪਣੇ ਭਰਵੱਟੇ ਬਣਾਉਂਦੀਆਂ, ਆਪਣੇ ਸਰੀਰ ਤੋਂ ਵਾਲ ਲਾਉਂਦੀਆਂ, ਹੈਂ, ਜਾਂ ਵੱਡੇ ਵੱਡੇ ਕਾਂਟੇ ਪਾਉਂਦੀਆਂ? ਕਿਹੜੀਆਂ ਜੀਵਤਾਂ ਦੀ ਗੱਲ ਕਰਦੇ ਤੁਸੀਂ? ਤੁਸੀਂ ਲੋਕ ਇਨਸਾਨਾਂ ਤੋਂ ਜ਼ਿਆਦਾ ਕੁੱਤੇ ਨੂੰ ਪਿਆਰ ਕਰਦੇ, ਕੁੱਤੇ ਤੁਸੀਂ ਉੱਤੇ ਚੜ੍ਹਾਏ ਹੁੰਦੇ ਆ ਬੈੱਡਾਂ ਦੇ, ਨਾਲ ਤੁਸੀਂ ਸੁੱਤੇ ਹੁੰਦੇ ਜੀ, ਹੈਂ, ਸਾਰੇ ਜਹਾਂ ਦੀ ਜੂਠ ਉਹ ਤੁਹਾਡੇ ਮੂੰਹ ਨੂੰ ਲਾਉਂਦਾ। ਕਿਹੜੀ ਕਿਹੜੇ ਗੁਰੂ ਦੀ ਗੱਲ ਕਰਦੇ ਤੁਸੀਂ? ਕਿਹੜੇ ਗੁਰੂ ਨੇ ਇੱਦਾਂ ਕੀਤਾ? ਦੱਸੋ, ਸ਼ੁੱਧਤਾ ਤੁਹਾਨੂੰ, ਤੁਹਾਡੇ 'ਚ ਸ਼ੁੱਧਤਾ ਹੈਗੀ ਆ? ਤੁਹਾਨੂੰ ਇਹ ਨਹੀਂ ਪਤਾ ਸਿੱਖ 'ਚ ਧਰਮ ਕਿਹੜਾ? ਸਿੱਖ ਧਰਮ ਦੀ ਕੀ ਮਰਿਆਦਾ? ਤੁਹਾਡੀ ਕੋਈ ਰਹਿਤ ਨਹੀਂ, ਕੋਈ ਮਰਿਆਦਾ ਨਹੀਂ, ਕੋਈ ਸ਼ੁੱਧਤਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਸਿੱਖੀ ਦਾ ਤੁਹਾਨੂੰ ਸੱਸਾ ਨਹੀਂ ਪਤਾ। ਅਤੇ ਤੁਸੀਂ ਗੱਲ ਕਰਦੇ ਗੁਰੂ ਦੀ, ਗੁਰੂ ਦੀ ਗੱਲ ਬੜੀ ਦੂਰ ਦੀ ਆ ਭੈਣੇ ਮੇਰੀਏ ਜਾਂ ਭਰਾਓ ਮੇਰਿਓ। ਹਜੇ ਤਾਂ ਕੰਮ ਅੰਦਰ ਅੱਗ ਬੜੀ, ਪਰ ਮੈਂ ਉਹਨੂੰ ਸਾਂਭ ਕੇ ਰੱਖਣ ਡਿਆ ਵੀ ਕੁਝ ਇੱਦਾਂ ਦਾ ਨਾਂ ਕੀ ਹੋ, ਕਿਉਂਕਿ ਦੁਨੀਆ ਬਹੁਤ ਪਿਆਰ ਕਰਦੀ, ਬੜੇ ਲੋਕ, ਕਈ ਮਾਵਾਂ ਭੈਣਾਂ ਸਭ ਕੁਝ ਵਹਿੰਦੇ ਨੇ। ਗੁਰੂ ਦੀ ਗੱਲ ਨਾ ਕਰੋ, ਗੁਰੂ ਦੀ ਗੱਲ ਉਦੋਂ ਕਰਿਓ ਗੁਰੂ ਵਾਲੇ ਹੋ ਜਾਓਗੇ, ਅਤੇ ਤੁਸੀਂ ਗੱਲਾਂ ਉਹਨਾਂ ਨੂੰ ਕਰਨ ਡੇ ਜਿਹੜੇ ਗੁਰੂ ਦੇ ਅੱਜ ਵੀ ਇਹਨਾਂ ਦੇਸ਼ਾਂ ਵਿੱਚ ਰਹਿ ਕੇ 21ਵੀਂ ਸਦੀ ਰਹਿ ਕੇ ਗੁਰੂ ਦਾ ਪਹਿਰਾਵਾ ਸਭ ਕੁਝ ਸਾਂਭ ਕੇ ਬੈਠੇ ਨੇ। ਹੁਣ ਇਹ ਨਾ ਕਹਿ ਦਿਓ ਪਹਿਰਾਵੇ ਨਾਲ ਕੀ ਹੁੰਦਾ, ਪਹਿਰਾਵਾ ਪਾ ਕੇ ਤਾਂ ਵੇਖੋ ਤੁਸੀਂ 2 ਦਿਨ ਨਹੀਂ ਪਾ ਸਕਦੇ। ਤੁਹਾਨੂੰ ਕਿਸੇ ਜਨਾਨੀ ਨੇ ਤੁਹਾਡੇ ਘਰਦਿਆਂ ਟੀਚਰ ਕਰਤੀ ਨਾ, ਤੁਸੀਂ ਮਿੰਟ 'ਚ ਲਾ ਦੇਣਾ, ਤੁਸੀਂ ਪਾਉਣਾ ਹੀ ਨਹੀਂ। ਪਹਿਲੀ ਗੱਲ, ਆਸ਼ਕ ਬੰਦੇ ਉਹਨਾਂ ਪਤਾ ਹੁੰਦਾ ਅਸੀਂ ਇੱਧਰ ਉੱਧਰ ਨਹੀਂ ਜਾ ਸਕਦੇ, ਜਾਂ ਜਿਹੜੇ ਆ ਦਾਰੂ ਪੀਂਦੇ ਨੇ, ਭੰਗ ਪੀਂਦੇ ਨੇ, ਬੀੜੀਆਂ ਸਿਗਰਟਾਂ ਪੀਂਦੇ ਨੇ ਪੱਗਾਂ ਬੰਨ ਕੇ, ਹੈਂ, ਸ਼ਰਾਬਾਂ ਪੀਂਦੇ ਨੇ। ਹੁਣ ਤਾਂ ਨਵਾਂ ਹੀ ਕਈ ਬੂਟ ਲੈਣ ਕਰਕੇ ਉਹਨਾਂ ਨੇ ਸ਼ਰਾਬਾਂ ਪੈ ਆਪਣੇ ਵੀਰਾਂ ਕੇਸ ਉੱਤੇ ਪਰਨਿਆਂ 'ਤੇ ਰੋੜਤੀਆਂ। ਕਿਹੜੀਆਂ ਗੱਲਾਂ ਕਰਦੇ? ਇਹਦੇ ਨਾਲ ਹੋ ਗਿਆ ਜਵਾਬ, ਇਹਦੇ ਹੁਣ ਕਮੈਂਟ ਕਰ ਦਿਓ। ਮਾਸ, ਮੈਂ ਉਸ ਵੀਡੀਓ 'ਚ ਇਹ ਨਹੀਂ ਕਿਹਾ ਵੀ ਤੁਸੀਂ ਮਾਸ ਖਾਣਾ ਹੀ ਖਾਣਾ, ਠੀਕ ਆ। ਖਾਲਸੇ ਪੰਥ ਦੀ, ਨਿਹੰਗਾ ਸਿੰਘਾਂ ਦੀ ਜੋ ਮਰਿਆਦਾ ਆ ਮੈਂ ਉਹ ਦੱਸੀ ਆ। ਛਕਦੇ ਨੇ, ਸ਼ੁਰੂ ਤੋਂ ਛਕਦੇ ਆਏ ਨੇ, ਗੁਰੂ ਸਾਹਿਬ ਨੇ ਸ਼ਿਕਾਰ ਨਹੀਂ ਕੀਤਾ? ਕਿੰਨੇ ਮਾਰੇ ਨੇ ਸ਼ਿਕਾਰ ਕੀਤੇ ਨੇ, ਸ਼ਿਕਾਰ ਕਰਨ ਤੋਂ ਬਾਅਦ ਕੀ ਉਹਨੂੰ ਸੁੱਟ ਦਿੰਦੇ ਸੀ? ਜਦੋਂ ਬੰਦੇ ਸਿੰਘ ਬਹਾਦਰ ਕੋਲ ਗਏ ਨੇ, ਉਹਦੇ ਜਾ ਕੇ ਸਥਾਨ 'ਤੇ ਬੱਕਰੇ ਝਟਕਾਏ ਨੇ। ਕਿਉਂ ਝਟਕਾਏ ਨੇ, ਉਹਦੀ ਵਜ੍ਹਾ ਦੱਸੋ। ਕੱਲ੍ਹ ਨੂੰ ਤੁਸੀਂ ਇਹ ਵੀ ਕਹਿ ਦਿਓਗੇ ਦੁਸ਼ਟੋ
ਵੀ ਗੁਰੂ ਮਹਾਰਾਜ ਤਾਂ ਜੀਵ ਹੱਤਿਆ ਕਰਦੇ ਹੁੰਦੇ, ਇਹ ਕਿਹਾ ਉਹਨਾਂ ਨੇ ਕਿ ਮਹਾਰਾਜ ਝਟਕਾਉਂਦੇ ਰਹੇ ਆ, ਸ਼ਿਕਾਰ ਖੇਡਦੇ ਰਹੇ ਆ। ਤੁਸੀਂ ਕਹਿੰਦੇ ਜੇ ਗੁਰਦੁਆਰੇ ਦੇ ਵਿੱਚ ਫਿਰ ਮੀਟ ਕਿਉਂ ਨਹੀਂ ਵਰਤਦਾ, ਉਹ ਤੁਹਾਡੀ ਬੁੱਧੀ ਬੇਵਕੂਫ ਲੋਕੋ ਐਡੀ ਦੁਸ਼ਟ ਆ, ਤੁਹਾਨੂੰ ਇੰਨਾ ਪਤਾ ਹੀ ਨਹੀਂ ਆ। ਹਰ ਇੱਕ ਬੰਦਾ ਮਾਸ ਨਹੀਂ ਖਾਂਦਾ, ਅਤੇ ਗੁਰੂ ਦੇ ਲੰਗਰ ਵਿੱਚ ਉਹ ਚੀਜ਼ ਵਰਤੀ ਜਾਂਦੀ ਹੈ ਜਿਹੜਾ ਹਰ ਕੋਈ ਖਾ ਲਏ, ਠੀਕ ਆ। ਅਤੇ ਜਿਹੜਾ ਨਾ ਇਹ ਗੱਲ ਆ, ਇਹ ਮਹਾਰਾਜ ਹੁਣ ਮੈਨੂੰ ਸਾਖੀ ਦਾ ਪੂਰਾ ਨਹੀਂ ਪਤਾ, ਪਰ ਜੇ ਕੋਈ ਵੀਰ ਵਹਿੰਦਾ ਹੋਵੇ ਜਿਹਨੂੰ ਇਸ ਚੀਜ਼ ਦਾ ਗਿਆਨ ਹੋਵੇ ਦੱਸ ਦਿਓ, ਸ਼ਾਇਦ ਗੁਰੂ ਅੰਗਦ ਦੇਵ ਕਿ ਜਾਂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ, ਜਿੱਥੇ ਤੱਕ ਮੈਨੂੰ ਲੱਗਦਾ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ, ਅਤੇ ਮਹਾਂਪ੍ਰਸ਼ਾਦ ਜਿਹਨੂੰ ਮੀਟ ਕਹਿ ਦਿੰਦੇ ਇਹ ਵੀ ਵਰਤਦਾ ਹੁੰਦਾ ਸੀ, ਠੀਕ ਆ ਨਾ। ਅਤੇ ਦਾਲ ਪ੍ਰਸ਼ਾਦਾ ਮੈਨੂੰ ਪੱਕਾ ਨਹੀਂ ਪਤਾ, ਤੁਸੀਂ ਜੇ ਕੋਈ ਬੰਦਾ ਮਤਲਬ ਵਿਦਵਾਨ ਜਾਂ ਕੋਈ ਵੀ ਹੋਊਗਾ, ਮੈਂ ਕੋਈ ਵਿਦਵਾਨ ਨਹੀਂ ਗਾ, ਉਹ ਇਹਦਾ ਮਤਲਬ ਕਿ ਪੂਰਾ ਦੱਸ ਦਿਓ, ਸ਼ਾਇਦ ਮੈਂ ਗਲਤ ਵੀ ਹੋ ਸਕਾਂ, ਪਰ ਜੇ ਗੱਲ ਸਾਖੀ ਸਹੀ ਆ, ਕਿਉਂਕਿ ਮੈਨੂੰ ਸੁਣੇ ਨੂੰ ਬੜਾ ਚਿਰ ਹੋ ਗਿਆ, ਅਤੇ ਤੁਸੀਂ ਇੱਥੇ ਪ੍ਰੋਪਰ ਦੱਸ ਦਿਓ। ਜੇ ਨਹੀਂ ਹੈ ਸਹੀ, ਮੈਂ ਮਾਫ਼ੀ ਮੰਗਦਾ, ਮੇਰੇ ਕੋਲ ਗਲਤੀ ਹੋ ਗਈ। ਪਰ ਬੜੇ ਲੋਕ ਜਿਹੜੇ ਤੁਸੀਂ ਇੰਡੀਆ ਰਹਿੰਦੇ ਜੇ, ਬੜੇ ਲੋਕ ਤੁਸੀਂ ਨਿਹੰਗਾ ਸਿੰਘਾਂ ਦੇ ਗੁਰਦੁਆਰੇ ਹੀ ਜਾਂਦੇ ਹੋਗੇ ਤੁਸੀਂ, ਹੈ ਨਾ, ਬਾਬਾ ਬਕਾਲਾ ਸਾਹਿਬ ਜਿਹੜੇ ਮਾਝੇ ਦੇ ਨੇ ਉੱਥੇ ਜਾਂਦੇ ਹੋਗੇ, ਬੜੇ ਲੋਕ ਸੁਰ ਸਿੰਘ ਜਾਂਦੇ ਹੋਣਗੇ, ਤੁਸੀਂ ਹਜ਼ੂਰ ਸਾਹਿਬ ਜਾਂਦੇ, ਕੀ ਗੱਲ ਤੁਹਾਡੀ ਮੂੰਹ ਨੂੰ ਜਾਂ ਤੁਹਾਡੀ ਜ਼ਬਾਨ ਨੂੰ ਤਾਲੇ ਲੱਗੇ ਆ, ਉੱਥੇ ਜਾ ਕੇ ਗੱਲ ਨਹੀਂ ਕਰਦੇ? ਪੁੱਛੋ, ਤੁਸੀਂ ਬੜੇ ਆਪਣਿਆਂ ਨੂੰ ਵਿਦਵਾਨ ਬਣਦੇ, ਤੁਹਾਨੂੰ ਦੇਣਗੇ ਜਵਾਬ। ਉੱਥੇ ਕਹੋ ਵੀ ਯਾਰ ਇੱਥੇ ਬੱਕਰੇ ਕਿਉਂ ਝਟਕਾਉਂਦੇ ਆ, ਤੁਹਾਨੂੰ ਚੰਗੀ ਤਰ੍ਹਾਂ ਜਵਾਬ ਦੇਣਗੇ, ਠੀਕ ਹੈ ਜੀ। ਟਕਸਾਲ ਦੇ ਵਿਦਵਾਨ ਨੇ ਗਿਆਨੀ ਜੰਗਵੀਰ ਸਿੰਘ, ਕੀਤੀ ਨਾ ਉਹਨਾਂ ਨੇ ਉੱਥੇ ਕਥਾ ਹਜ਼ੂਰ ਸਾਹਿਬ, ਕਿਉਂ ਨਹੀਂ ਉਹਨਾਂ ਨੇ ਇੱਕ ਵਾਰੀ ਵੀ ਉੱਥੇ ਵੀਡੀਓ ਪਾਈ, ਭਾਈ ਵੀ ਤੁਸੀਂ ਬੱਕਰੇ ਝਟਕਾਉਂਦੇ ਜੇ, ਕਿਉਂ ਨਹੀਂ ਉੱਥੇ ਵਿਚਾਰ ਕੀਤੀ, ਲਾਈਵ ਵਿਚਾਰ ਕਰ ਲੈਣ, ਕਰਦੇ ਗੱਲ, ਕਿਉਂ ਨਹੀਂ ਕਰਦੇ? ਇਹ ਕਿਉਂ ਜਦੋਂ ਦੁਨੀਆ ਨੂੰ ਇੱਥੇ ਪਾਉਂਦੇ ਨੇ ਕਿਉਂ ਨਹੀਂ ਪ੍ਰੋਪਰ ਦੱਸਦੇ? ਇਹ ਤੁਹਾਨੂੰ ਮੂਰਖ ਬਣਾਉਂਦੇ ਨੇ ਕਿਉਂ? ਇਹਨਾਂ ਨੂੰ ਚਾਹੀਦੇ ਬਾਹਰਲੇ ਵੀਜ਼ੇ, ਇਹਨਾਂ ਨੂੰ ਚਾਹੀਦੇ ਬਾਹਰਲੇ ਗ੍ਰੀਨ ਕਾਰਡ, ਇਹਨਾਂ ਨੂੰ ਚਾਹੀਦੀਆਂ ਬਾਹਰਲੀਆਂ ਪੀਆਰਾਂ, ਇਹਨਾਂ ਨੂੰ ਚਾਹੀਦੇ ਪੈਸੇ, ਤਾਂ ਕਰਕੇ ਇਹਨਾਂ ਨੂੰ ਪਤਾ ਵੀ ਸਮਾਂ ਕਿੱਦਾਂ ਉਦਾਂ ਦੀ ਗੱਲ ਕਰ ਦਿੰਦੇ ਆ, ਹੈ ਨਾ। ਅੱਜ ਵੀ ਜਾਣ ਹਜ਼ੂਰ ਸਾਹਿਬ ਕਰਨ ਉੱਥੇ ਲਾਈਵ, ਅਸੀਂ ਵੀ ਵੇਖੀਏ ਕੀ ਸੱਚ ਆ ਕੀ ਝੂਠ ਆ, ਅਤੇ ਵੇਖੀਏ ਕੀ ਜਵਾਬ ਮਿਲਦਾ ਵਾ। ਅਤੇ ਜਾਂ ਜਿੰਨੇ ਵੀ ਆ ਦਾੜੀ ਚੋਪੜੇ ਆ, ਦਾੜੀ ਕੱਟੇ, ਕੇਸ ਕੱਟੇ, ਜਿੰਨੇ ਵਿਦਵਾਨ ਨੇ ਨਾ, ਜਦੋਂ ਵੀ ਤੁਸੀਂ ਇੰਡੀਆ ਜਾਓਗੇ ਅਤੇ ਉੱਥੇ ਗੱਲ ਕਰਿਓ, ਉਹ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ, ਤੁਸੀਂ ਸਿਰੇ ਦੇ ਨਖਿੱਧ ਅਤੇ ਮੂਰਖ ਬੰਦੇ ਜੇ। ਅਕਾਲ ਤਖਤ ਸਾਹਿਬ 'ਤੇ ਬੱਕਰਾ ਝਟਕਾਇਆ ਸੀ, ਜਦੋਂ ਇਹਨੂੰ ਪਰਖਿਆ ਗਿਆ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ, ਠੀਕ ਆ, ਖਾਲਸੇ ਪੰਥ ਨੇ ਜਦੋਂ ਗੁਰੂ ਮਹਾਰਾਜ ਦੇ ਹੁਕਮ ਨਹੀਂ ਮੰਨੇ ਨੇ, ਗ੍ਰਿਸਤ ਵੀ ਕਰ ਲਈ ਅਤੇ ਸਰਹੰਦ ਪੂਰੀ ਤਰ੍ਹਾਂ ਜਾੜੀ ਨਹੀਂ, ਉਦੋਂ ਇਹਨੂੰ ਪਰਖਣ ਲਈ ਕਿਹਾ ਵੀ ਝਟਕਾ ਬੱਕਰਾ, ਵੀ ਵੇਖੀਏ ਇਹ ਗੁਰੂ ਦਾ ਹੈਗਾ ਵੀ ਆ ਕਿ ਅੱਜ ਵੀ ਉਹੀ ਬਾਹਮਣ ਵਾਸਤੇ ਆ, ਇਹਨੇ ਬੱਕਰਾ ਨਹੀਂ ਝਟਕਾਇਆ, ਕਿਹੜੀਆਂ ਗੱਲਾਂ ਕਰਦੇ ਇਹ, ਤੁਹਾਨੂੰ ਪਤਾ ਕੱਖ ਨਹੀਂ ਗਾ। ਤਖਤ ਸਾਹਿਬ ਦੇ ਹਜ਼ੂਰ ਸਾਹਿਬ ਬੱਕਰਾ ਨਹੀਂ ਝਟਕਾਉਂਦੇ ਕਿਉਂ? ਕਰੋੜਾਂ ਬੰਦੇ ਜਾਂਦੇ ਨੇ, ਤੁਸੀਂ ਕਈ ਦੁਸਹਿਰੇ 'ਤੇ ਜਾਂਦੇ ਹੋਣਗੇ ਅੱਗੇ ਪਿੱਛੇ, ਕਿਉਂ ਨਹੀਂ ਉੱਥੇ ਗੱਲ ਕਰਦੇ? ਕਰੋ ਗੱਲ, ਤੁਹਾਨੂੰ ਦੇਣਗੇ ਜਵਾਬ।